ਨਿਰਭਉ ਨਿਰਵੈਰ ਅਕਾਲ ਮੂਰਤ ਯੂਨੀ ਸਾਹਿਬ ਹਮ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸਾਹਿਬ ਹਮ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸਾਹਿਬ ਹਮ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਦਾਸ ਦਾ ਜਨਮ 1 ਫਰਵਰੀ 1927 ਪੰਜ ਮਨਾਤਾ ਫਰਵਾਲੀ ਵਿਖੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਾਤਾ ਜੀ ਨੇ ਕਈ ਵਾਰੀ ਦੱਸਿਆ ਮੇਰੀ ਭੂਆ ਜੀ ਉਹਨਾਂ ਦਾ ਨਾਮ ਹੈਗਾ ਸੀ ਇੰਦਕੌਰ ਤੇ ਮੇਰੇ ਪਿਤਾ ਜੀ ਉਹਨਾਂ ਦਾ ਨਾਮ ਸੀ ਇੰਦਰ ਸਿੰਘ ਮਾਤਾ ਜੀ ਨੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਮੈਨੂੰ ਦੱਸਿਆ ਭਾਈ ਜਦੋਂ ਜਿਹੜੇ ਦਿਨ ਤੇਰਾ ਜਨਮ ਹੋਇਆ ਉਸ ਦਿਨ ਤੇਰੀ ਭੂਆ ਜੀ ਨੂੰ ਸੁਪਨਾ ਆਇਆ ਜਾਨੀ ਆਪਣੇ ਘਰ ਵਿੱਚ ਚਾਨਣ ਹੋਇਆ ਇਹ ਮੇਰੀ ਭੂਆ ਜੀ ਮੈਨੂੰ ਗੋਰੀਆ ਕਹਿ ਕੇ ਬੁਲਾਉਂਦੀ ਹੁੰਦੀ ਉਹ ਬੀਲੇ ਵਹੀ ਹੂ ਸੀ ਨਾਰਿੰਗਵਾਲ ਤੋਂ 3-4 ਮੀਲ ਗਾਹਾਂ ਬੀਲਾ ਨਗਰ ਤੇ ਫਿਰ ਖੇੜੇ ਵਰਤੀ ਉਹਨੇ ਬੱਚੀ ਨੂੰ ਜਨਮ ਦਿੱਤਾ ਜਿਹਨੂੰ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਨਾਲ ਹੀ ਬਿਮਾਰ ਹੋ ਗਈ ਬਿਮਾਰ ਹੋ ਕੇ ਫਿਰ ਫੁਰਵਾਲੀ ਤੋਂ ਮੇਰੇ ਮਾਤਾ ਜੀ ਤੇ ਮੈਂ ਦੋਨੇ ਗਏ ਉੱਥੇ ਜਦੋਂ ਗਏ ਤੇ ਉਹ ਮੰਜੇ ਤੇ ਮੈਨੂੰ ਕੋਲੇ ਬਿਠਾ ਲਿਆ ਤੇ ਬਾਕੀ ਕਹੇ ਮੇਰਾ ਗੁਰੂ ਆ ਗਿਆ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ ਉਹ ਤੇ ਥੇੜੇ ਵਰਤੀ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਰਾਤ ਨੂੰ ਰਾਮ ਕਰਿਆ ਤੇ ਸਵੇਰੇ ਪਤਾ ਲੱਗਿਆ ਅਸਦੇ ਅਹੀਂ ਬਈ ਚੜਾਈ ਕਰਕੇ ਫਿਰ ਉਹਨਾਂ ਦਾ ਸੰਸਕਾਰ ਹੋਇਆ ਫਿਰ ਉੱਥੋਂ ਸਾਨੂੰ ਬੋਤੇ ਤੇ ਪੁਰਾਣੀਆਂ ਗੱਲਾਂ ਨੇ ਇਹ ਬੋਤੇ ਤੇ ਉਹ ਛੱਡ ਗਏ ਫਰਵਾੜੀ ਤੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨਾਲ ਮੇਰਾ ਅਥਾ ਪਿਆਰ ਸੀ ਕਿਉਂਕਿ ਇੱਕੋ ਇੱਕ ਮੇਰੀ ਭੂਆ ਜੀ ਸੀ ਇੱਕੋ ਮੇਰੇ ਪਿਤਾ ਜੀ ਵੀ ਇਕੱਲੇ ਹੀ ਸੀ ਫਿਰ ਉਦੋਂ ਬਾਅਦ ਭਾਈ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਤਾਂ ਮੈਨੂੰ ਉਸ ਦੇ ਉਸ ਸਮੇਂ ਵਿੱਚ ਸਾਡੇ ਪਿੰਡੇ 'ਚ ਤਾਂ ਪ੍ਰਾਇਮਰੀ ਸਕੂਲ ਨਹੀਂ ਸੀ ਤੇ ਉੱਥੇ ਇਕ ਗੁਰਦੁਆਰੇ ਸਾਬ ਜਿਹੜੇ ਚੰਗੇ ਪਰਿਵਾਰ ਸੇ ਉਹ ਆਪਦੀ ਲੜਕੀ ਜਾਂ ਲੜਕੇ ਨੂੰ ਗੁਰਦੁਆਰੇ ਸਾਬ ਭਾਈ ਸਾਹਿਬ ਕੋਲ ਛੱਡਿਆਉਂਦੇ ਸੇ ਉੱਥੇ ਪਾਠ ਕਰਨ ਵਾਸਤੇ ਤੇ ਮੇਰੇ ਬਾਬਾ ਜੀ ਮੈਨੂੰ ਗੁਰਦੁਆਰੇ ਸਾਬ ਲੈ ਗਏ ਤੇ ਉੱਥੇ ਜਾ ਕੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਬੜੇ ਸੋਹਣੇ ਢੰਗ ਨਾਲ ਪਹਿਲਾਂ ਉਹ 35 ਮਹਾਰਨੀ ਬਾਲਬੋਧ ਫਿਰ ਉਹ ਤੋਂ ਬਾਅਦ ਪੰਜ ਗ੍ਰੰਥੀ 22 12 ਤੇ ਭਗਤ ਬਾਣੀ ਦੋਨੇ ਸਾਂਝੀਆਂ ਦਾ ਪਾਠ ਬੜੇ ਪਿਆਰ ਦੇ ਨਾਲ ਉਹਨਾਂ ਸਵਿਆਂ ਵਿੱਚ ਕੋਈ ਨਹੀਂ ਜਾਣਦਾ ਸੀ ਪਦ ਸ਼ੇਧ ਸਾਰੀਆਂ ਪੋਥੀਆਂ ਤੇ ਬਾਕੀ ਫਿਰ ਮਹਾਰਾਜ ਸਾਭ ਦੀਆਂ ਕਿਹੜੇ ਦੋਨੇ ਭਾਗ ਸੀ ਉਹਨਾਂ ਦਾ ਪਾਠ ਡੇਢ ਦੋ ਸਾਲ ਕੀਤਾ ਗੁਰੂ ਦੀ ਕਿਫਾ ਦਾ ਉਦੋਂ ਬਾਅਦ ਮੇਰੇ ਨਾਨਕੇ ਲੱਡਾ ਧੂਰੀ ਕੋਲੇ ਉੱਥੇ ਮਾਮਾ ਜੀ ਦੀ ਮਤਲਬ ਹੈ ਉਹਨਾਂ ਦੇ ਦੋ ਸ਼ਾਦੀਆਂ ਸੀ ਲੜਕਾ ਨਹੀਂ ਸੀ ਕੋਈ ਬੜਾ ਨਾਨਾ ਜੀ ਜਿਸ ਮੇਰੇ ਸੂਬੇਦਾਰ ਤੇ ਵਿਕਟੋਰੀਆ ਜੇਤੂ ਸੀ ਤੇ ਜਦੋਂ ਉਹ ਤਾਂ ਪਹਿਲਾਂ ਚੜਾਈ ਕਰ ਗਏ ਮੇਰੇ ਮਾਤਾ ਜੀ ਦੇ ਆਨੰਦ ਕਾਰਜ ਤੋਂ ਵੀ ਪਹਿਲਾਂ ਤੇ ਗੁਰੂ ਦੀ ਬਖਸ਼ਿਸ਼ ਨਾਲ ਜਦੋਂ ਉੱਥੇ ਮਾਮਾ ਜੀ ਨੇ ਮੈਨੂੰ ਸੱਦਿਆ ਭਰਾ ਤਾਂ ਅਸੀਂ ਪੰਜੇ ਸੀ ਤੇ ਉਹਨਾਂ ਨੇ ਕਿਹਾ ਵੀ ਜਾਗਰਸ ਨੂੰ ਭੇਜ ਦਿਓ ਤੇ ਬਾਕੀ ਫਿਰ ਇਹ ਖੇੜ ਵਰਤੀ ਮੇਰੇ ਬਾਪੂ ਜੀ ਗੁਰਦੁਆਰੇ ਸਾਹਿਬ ਗਏ ਉੱਥੇ ਜਾ ਕੇ ਹਲੇ ਭੋਗ ਪਾਇਆ ਨਿਸ਼ੀ ਤੇ ਇਹ ਚੀਜ਼ ਹੋਈ ਫਿਰ ਉਹ ਮੈਨੂੰ ਉੱਥੇ ਭੇਜਤਾ ਉਹ ਕਹਿੰਦੇ ਸਾਨੂੰ ਭਾਈ ਤੇਰੀ ਜ਼ਮੀਨ ਦੀ ਮੇਰੇ ਮਾਤਾ ਪਿਤਾ ਜੀ ਬੜੇ ਗੁਰੂ ਦੀ ਬਖਸ਼ਿਸ਼ ਸੀ ਉਹ ਕਹਿੰਦੇ ਭਾਈ ਤੀਜੀ ਸ਼ਾਦੀ ਤੂੰ ਆਪਦੀ ਕਰਾ ਲੈ ਸਾਨੂੰ ਜ਼ਮੀਨ ਦੀ ਲੋੜ ਨਹੀਂ ਇਹ ਸਾਡਾ ਲੜਕਾ ਕਿਹੜਾ ਬੜਾ ਕਾਬਿਲ ਹੈ ਤੂੰ ਇਹਨੂੰ ਸਕੂਲ 'ਚ ਪਾਉਣੇ ਲਾ ਦੇ ਤੇਰੇ ਇਥੇ ਸਕੂਲ ਆਏਗਾ ਸਾਡੇ ਸਕੂਲ ਨਹੀਂ ਸੀ ਚਲੋ ਗੁਰੂ ਦੀ ਕਿਰਪਾ ਨਾਲ ਫਿਰ ਪ੍ਰਾਇਮਰੀ ਮੈਂ ਭਾਈ ਲੱਡਾ ਕੋਠੀ ਉਹ ਭੁਪਿੰਦਰ ਸਿੰਘ ਰਾਜੇ ਦੀ ਕੋਠੀ ਸੀ ਉੱਥੇ ਉਹ ਪ੍ਰਾਇਮਰੀ ਉੱਥੇ ਕਰੀ ਉਦੋਂ ਬਾਅਦ ਆ ਗਿਆ ਫਿਰ ਮੈਂ ਤੇ ਫਿਰ ਭਾਈ ਅੰਮ੍ਰਿਤ ਦੀ ਦਾਤ ਮਿਲ ਗਈ ਬੇ ਬਚਪਨ ਚ ਉਹ ਬਚਪਨ ਜਦੋਂ ਅੰਮ੍ਰਿਤ ਦਾ ਦਾਤ ਮਿਲੀ ਉਦੋਂ ਬਾਅਦ ਫਿਰ ਉਹਦੇ ਤੇ ਪਹਿਰਾ ਨਹੀਂ ਦਿੱਤਾ ਗਿਆ ਤੇ ਖੇੜ ਇਹ ਵਰਤੀ ਵੀ ਸਮਝ ਲਓ ਤੁਸੀਂ ਕੁ ਸੰਗਤ ਵਿੱਚ ਸਕੂਲਾਂ ਦੀ ਜਿਵੇਂ ਹੁੰਦਾ ਹੈ ਗੁਰੂ ਦੀ ਬਖਸ਼ਿਸ਼ ਨਾਲ ਫਿਰ 9ਵੀਂ ਵਿੱਚ ਮੈਂ ਪੜਦਾ ਸੀ ਲੋਸਟ ਬੱਦੀ ਤੇ ਚੌਥੀ ਵਿੱਚ ਮੈਂ ਸਾਰੇ ਜ਼ਿਲ੍ਹਾ ਫੂਲ ਵਿੱਚ ਪਹਿਲੇ ਨੰਬਰ ਤੇ ਆ ਗਿਆ ਤੇ ਉਹਦੇ ਵਿੱਚ ਗੁਰੂ ਦੀ ਬਖਸ਼ਿਸ਼ ਨਾਲ 4 ਰੁਪਏ ਉਹਨੂੰ ਬਈ ਇਹ ਵਾਲਾ ਗਿਆ 2 ਸਾਲਾਂ ਚ 5ਵੀਂ ਤੇ 6ਵੀਂ ਚ ਮੈਨੂੰ 96 ਰੁਪਏ ਮਿਲੇ ਤੇ ਉਹਨਾਂ ਸਮਿਆਂ ਚ ਜਿਹੜਾ ਹਡਮਾਸਟਰ ਸੀ ਮਿਡਲ ਸਕੂਲ ਦਾ ਉਹਦੀ ਤਨਖਾਹ 30 ਰੁਪਏ ਸੀ ਦੂਜਿਆਂ ਦੀ 20 ਹੁੰਦੀ ਰੁਪਏ ਦੀ ਉਦੋਂ ਇੰਨੀ ਕੀਮਤ ਸੀ ਚਲੋ ਗੁਰੂ ਦੀ ਬਖਸ਼ਿਸ਼ ਦੇ ਨਾਲ ਉਦੋਂ ਬਾਅਦ ਪਹਿਲਾਂ ਕੁ ਸੰਗਤ ਹੋਈ ਉਸ ਸੰਗਤ ਵਿੱਚ ਫੇਰ ਮੇਰੇ ਮਾਸੀ ਜੀ ਬੜੂੰਦੀ ਜਿਹੜੇ ਮਾਸਟਰ ਜਗਿੰਦੇਸੂ ਬੜੂੰਦੀ ਭਾਈ ਸਾਹਿਬ ਭਾਈ ਨੀਰ ਸਿੰਘ ਉਹਨਾਂ ਦੇ ਬਹੁਤ ਨਿਕਟਵਰਤੀ ਸੱਜਣ ਹੋਏ ਨੇ ਉਹਨਾਂ ਨੇ ਜਦੋਂ ਬੀਬੀ ਦਲੇਰ ਕੌਰ ਤੇ ਉਹਦਾ ਅਨੰਦ ਕਾਰਜ ਹੋਣਾ ਸੀ ਤੁਸੀਂ ਪੜਿਆ ਹੋ ਉਹਨਾਂ ਦੀਆਂ ਲੇਖਣੀਆਂ ਵਿੱਚ ਭਾਈ ਸੋਣੀਆਂ ਦੇ ਤੇ ਬਾਕੀ ਇਹ ਸੁਧਾਰ ਤੋਂ ਟੀਚ ਲੱਗੇ ਸੀ ਮਾਸਟਰ ਜੁਗਿੰਦਰ ਸਿੰਘ ਉਹ ਗਏ ਉੱਥੇ ਜਦੋਂ ਉੱਥੇ ਗਏ ਅਖੰਡ ਪਾਠ ਦੀ ਰੌਣਹ ਹੁੰਦੀ ਸੀ ਤੇ ਉਹਦੇ ਵਿੱਚ ਸਤਕਾਰ ਉਹ ਸੱਚਖੰਡ ਵਾਸੀ ਭਾਈ ਸਾਹਿਬ ਨੂੰ ਧੀਰ ਸਿੰਘ ਤੇ ਉਹਨਾਂ ਦੇ ਗਾਰੇ ਗਾਰੇ ਮਿੱਤਰ ਜੋਗਿੰਦਰ ਸਿਓ ਉਹ ਭਾਈ ਸੌਂ ਦੇ ਕੰਨ ਵਿੱਚ ਹੋ ਗਈ ਦੇ ਕੇ ਕਹਿਣ ਲੱਗੇ ਕਹਿੰਦੇ ਬੀਬੀ ਸ਼ਰਨ ਕੌਰ ਨੂੰ ਤਾਂ ਇਹੋ ਜਿਹਾ ਲੜਕਾ ਚਾਹੀਦਾ ਤੇ ਭਾਈ ਸੌਂ ਨੇ ਉੱਤਰ ਦਿੱਤਾ ਕਹਿੰਦੇ ਇਹੋ ਜਿਹਾ ਤਾਂ ਇਹੀ ਹੈ ਤੇ ਮਾਸਟਰ ਜੀ ਦੇ ਭਾਈ ਕੁਦਰਤੀ ਬਚਪਨ ਤੋਂ ਜਿਹੜੇ ਪੈਰ ਸਿਓ ਲੁੰਜੇ ਸਨ ਤੇ ਫੇਰ ਇਹ ਕਿਹਾ ਵੀ ਐ ਇਸ ਤਰ੍ਹਾਂ ਕਰਕੇ ਵੀ ਇਹ ਤਾਂ ਜਿਹੜਾ ਹੈਗਾ ਮਤਲਬ ਹੈ ਇਹੀ ਲੜਕਾ ਹੈ ਜਦੋਂ ਇੰਨੀ ਗੱਲ ਕਹੀ ਫਿਰ ਉਹਨਾਂ ਨੇ ਮਾਤਾ ਕਰਤਾ ਹੋਰ ਕੌਰ ਜਿਹੜੇ ਭਾਈ ਸੋਹਣੇ ਦੇ ਸਤਕਾਰਯੋਗ ਸਪਤਨੀ ਜੀ ਸੀ ਉਹਨਾਂ ਦੀ ਡਿਊਟੀ ਲਾਤੀ ਵੀ ਇਹ ਜਿਹੜਾ ਕਿਹੜਾ ਲੜਕਾ ਹੋਣੋਂ ਉਪਰੋਂ ਪਾਠ ਦੀ ਰੌਣ ਲਾ ਕੇ ਆਉ ਉਹਦੇ ਪੈਰ ਲੁੰਜੇ ਮੁੰਜ ਨੇ ਤੇਰੇ ਤਾਇਆ ਜੀ ਤੇ ਤੇਰੇ ਪਿਤਾ ਜੀ ਨੇ ਵਿਚਾਰ ਕਰੀਆ ਵੀ ਤੇਰੇ ਆਨੰਦ ਕਰ ਜੇ ਇਹਦੇ ਨਾ ਕਰ ਦਈਏ ਤੇ ਜਿਸ ਵੇਲੇ ਜਾ ਕੇ ਉਹ ਕਿਹਾ ਬੀਬੀ ਨੂੰ ਸ਼ਰਨ ਕੌਰ ਨੂੰ ਤੇ ਉਹਨੇ ਉੱਤਰ ਐਸਾ ਦਿੱਤਾ ਕਹਿੰਦੀ ਬੀਬੀ ਅ ਦੋ ਕਿਹੜੀ ਸੀ ਬੀਬੀ ਜਿਹੜੀ ਬੀਬੀ ਨੂੰ ਕਿੰਨੇ ਭਾਗ ਲੱਗੇ ਹਰਿਮੰਦਰ ਸਾਹਿਬ ਤੇ ਕਹਿੰਦੀ ਉਹਨਾਂ ਨੂੰ ਕਿੰਨੇ ਭਾਗ ਲੱਗੇ ਸੀ ਮੈਂ ਨਹੀਂ ਦੇਖਣਾ ਜੋ ਕੁਝ ਜੋ ਜੋ ਕੁਝ ਪਿਤਾ ਜੀ ਤੇ ਤਾਇਆ ਜੀ ਦੇ ਹਿਰਦੇ ਅੰਦਰ ਆ ਸਭ ਜਾਣੀ ਜਾਣਨੇ ਮੈਨੂੰ ਦੇਖਣ ਦੀ ਲੋੜ ਨਹੀਂ ਹੈ ਮੈਨੂੰ ਪ੍ਰਮਾਣ ਹੈ ਜਦੋਂ ਇੰਨੀ ਗੱਲ ਕਹੀ ਫਿਰ ਭਾਈ ਸੋਨ ਦੀ ਲੇਖਣੀ ਚਾਹੁੰਦਾ ਹੈ ਵੀ ਇਹੇ ਜੀ ਬੱਚੀ ਵੀ ਕੋਈ ਵਿਰਲੀ ਹੋਊ ਤੇ ਬੀਬੀ ਆਨੰਦ ਦਲੇਰ ਕੌਰ ਦੇ ਆਨੰਦ ਕਾਰਜ ਸੇਵਲ ਵੀ ਉੱਥੇ ਹੀ ਕਿਸੇ ਨੂੰ ਨਹੀਂ ਪੁੱਛਿਆ ਗਏ ਉਹ ਹੈਗੇ ਸੀ ਉਹ ਉੱਥੇ ਹੀ ਮਾਸਟਰ ਜਗਿੰਦਰ ਸਿੰਘ ਦੇ ਆਨੰਦ ਕਾਰਜ ਕਰਤੇ ਗਏ ਤਾਂ ਸੁਧਾਰ ਤੋਂ ਉਹ ਟੀਚਰਾਂ ਵਿੱਚ ਸਟਾਫ ਵਿੱਚ ਲਾਹਾ ਲੈਣ ਨਾ ਬਣੀਦਾ ਤੇ ਉੱਥੇ ਉਹਨਾਂ ਦੇ ਆਨੰਦ ਕਾਰਜ ਹੋ ਗਏ ਫਿਰ ਮੈਂ ਇਹ ਚੀਜ਼ ਤੁਹਾਨੂੰ ਤਾਂ ਦੱਸਣ ਲੱਗਿਆ ਉਦੋਂ ਬਾਅਦ ਮੇਰੇ ਮਾਸੜ ਜੀ ਦੇ ਸਕੇ ਮਾਸਟਰ ਜਗਿੰਦਰ ਸਿੰਘ ਚਾਚਾ ਜੀ ਸੇ ਇਹ ਸੁਧਾਰ ਸਕੂਲ ਵਿੱਚ ਪੜਾਉਂਦੇ ਸੀ ਤੇ ਫੇਰੇ ਚੀਜ਼ ਹੋਈ ਤੇ ਮੇਰੇ ਮਾਸੜ ਜੀ ਸਾਰਾ ਪਰਿਵਾਰ ਮੈਂ ਤੁਹਾਨੂੰ ਦੱਸਦਾ ਜਦੋਂ ਗੁਰੂ ਨੇ ਕਲਾ ਵਰਤੌਣੀ ਹੁੰਦੀ ਹੈ ਤੇ ਮੇਰੇ ਮਨ ਚ ਇਹ ਅਸੀਂ ਕਿਹਾ ਕਰੀਏ ਵੀ ਇਹ ਤਾਂ ਪੱਗਾਂ ਬੰਨੀ ਹੋਈਆਂ ਨਹੀਂ ਇਹ ਹੈ ਬਾਹਰ ਟਿਕਾ ਟਿਪਨੀ ਜੀ ਇਸ ਤਰ੍ਹਾਂ ਦਾ ਤਾਂ ਮੇਰੇ ਮਾਸੜ ਜੀ ਦਾ ਕਲਾ ਚੱਲਦਾ ਸੀ ਮੈਂ ਤੁੰਗੜੀ ਤੋਂ ਮੇਰੇ ਉੱਥੇ ਸਸਰਾਲ ਸਨ ਉੱਥੋਂ ਮੈਂ ਜਦੋਂ ਬਨੂਦੀ ਨੂੰ ਗਿਆ ਮਾਸੀ ਜੀ ਨੂੰ ਮਿਲਣਾ ਤਾਂ ਉਹਨਾਂ ਦਾ ਫੜਾ ਚੱਲਦਾ ਸੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਅੰਮ੍ਰਿਤ ਛਕਣਾ ਹੈ ਸੱਚੇ ਪਾਤਸ਼ਾਹ ਨੇ ਕੋਈ ਖੇਡ ਵਰਤਾਤੀ ਉਹਦੇ ਵਿੱਚ ਮਨ ਚ ਆਇਆ ਵੀ ਹੁਣ ਤਾਂ ਗੁਰੂ ਵਾਲਾ ਬਣ ਤੂੰ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਸ ਵળે ਇਹ ਚੀਜ਼ ਹੋਈ ਮੈਂ ਸਭ ਉਹ ਗੁਣ ਕਿਹੜੀ ਦਾਸ ਨੇ ਲਿਖੀ ਉਹਦੇ ਵਿੱਚ ਵੀ ਵਰਣਨ ਕੀਤਾ ਹੈਗਾ ਗੁਰੂ ਦੀ ਕਿਰਪਾ ਦੇ ਨਾਲ ਫਿਰ ਇਹ ਗੱਲ ਹੋਈ ਉਹ ਮੇਰੇ ਕੋਲੇ ਮੈਂ ਉਦੋਂ 9th ਚ ਪੜਦਾ ਸੀ ਭਾਈ ਲੋਹਟਬੱਦੀ ਮੇਰੇ ਮਾਸੜੀ ਲੋਹਟਬੱਦੀ ਵੀ ਬਡੁੰਦੀ ਤੋਂ 3-4 ਮੀਲ ਹੀ ਹੈ ਉੱਥੇ ਆ ਕੇ ਇੱਕ ਲੜਕਾ ਮੈਨੂੰ ਕਹਿਣ ਲੱਗਾ ਕਹਿੰਦਾ ਬਾਹਰ ਵੀ ਇੱਕ ਕਿਹ ਖੜਾ ਹੈ ਉਹ ਕਹਿੰਦਾ ਕਿਹੜਾ ਲੜਕਾ ਫਰਵਾਹੀ ਤੋਂ ਪੜਦਾ ਹੈ ਨੌਵੀਂ ਚ ਉਹਨੂੰ ਮੈਂ ਮਿਲਦਾ ਜਿਸ ਵੇਲੇ ਮੈਂ ਗਿਆ ਤੇ ਉਹਨਾਂ ਨੂੰ ਫਤਿਹ ਬੁਲਾਈ ਤੇ ਉਹਨਾਂ ਨੇ ਫਿਰ ਮੈਨੂੰ ਕੋਈ ਗੱਲ ਕਹੀ ਕਹਿੰਦੇ ਭਾਈ ਤੂੰ ਕਹਿੰਦਾ ਸੀ ਅੰਮ੍ਰਿਤ ਸ਼ਕਨ ਨੂੰ ਤੇ ਇੱਥੇ ਬਨੂੰਦੀ ਅੰਮ੍ਰਿਤ ਸੰਚਾਰ ਸਮਾਗ ਹੁੰਦਾ ਹੈ 1947 ਮਈ ਦੀ ਗੱਲ ਹੈ ਪਾਕਿਸਤਾਨ ਦਾ ਅਗਸਤ ਚ ਬਣਿਆ ਰੌਲਾ ਪਿਆ ਜਦੋਂ ਜਿਸ ਵੇਲੇ ਇਹ ਚੀਜ਼ ਹੋਈ ਉਹਨਾਂ ਨੇ ਇਹ ਗੱਲ ਕਹੀ ਵੀ ਇਸ ਤਰ੍ਹਾਂ ਦਾ ਮੈਂ ਕਿਹਾ ਠੀਕ ਹੈ ਉਹ ਕਹਿੰਦੇ ਭਾਈ ਤੈਨੂੰ ਸ੍ਰੀ ਸਾਹਿਬ ਗਾਤਰੇ ਵਾਲੀ ਪਾਉਣੀ ਪਊਗੀ ਉੱਕੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਖੜੇ ਨੇ ਮੈਂ ਕਿਹਾ ਅੱਗੇ ਛੋਟੇ ਹੁੰਦੇ ਨੇ ਅਮਰਤ ਸ਼ਕਿਆ ਸੀ ਛੋਟੀ ਜੀ ਕਿਰਪਾ ਨਾਲ ਮੈਨੂੰ ਤਾਂ ਮੇਰੇ ਜਮਾਤੀ ਬਖੌਲ ਕਰਨਗੇ ਮੈਂ ਨਹੀਂ ਸ਼ੱਕਣਾ ਜਦੋਂ ਇੰਨੀ ਗੱਲ ਕਹੀ ਤੇ ਬਾਕੀ ਫਿਰ ਉਹਨਾਂ ਨੇ ਕਿਸੇ ਰੰਗ ਵਿੱਚ ਕਿਹੜੀ ਗੱਲ ਬੜੇ ਧਿਆਨ ਨਾਲ ਕਹਿੰਦੇ ਭਾਈ ਨਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਧੁਰ ਦਰਗਾਹ ਤੋਂ ਕਿਹੜੀ ਦਾਤ ਲੈ ਕੇ ਆਏ ਨੇ ਨੌ ਪਾਤਸ਼ਾਹੀਆਂ ਤੱਕ ਚਰਨ ਪਾਹੁਲ ਉਹ ਚੱਲਦੀ ਰਹੀ ਹੈ ਜਸਮੇਸ਼ ਪਿਤਾ ਜੀ ਨੇ ਸੱਚੇ ਪਾਸ਼ਾ ਉਹ ਫਿਰ ਇਹ ਬਣਾਤੀ ਖੇੜ ਵੀ ਹੁਣ ਉਹ ਕਿਹੜਾ ਅੰਮ੍ਰਿਤ ਛਕਾਉਂਦੇ ਐ ਤੇ ਬਾਕੀ ਉਹ ਤੈਨੂੰ ਉਹ ਦਾਤ ਕਿਹੜੀ ਧੁਰ ਦਰਗਾਹ ਤੋਂ ਗੁਰੂ ਨਾਨਕ ਸੱਚੇ ਪਾਸ਼ਾ ਲੈ ਕੇ ਆਏ ਨੇ ਤੇਰਾ ਤਾਂ ਜੀ ਕਰੂ ਇੱਕ ਨਹੀਂ ਦੋ ਪਾਉਣ ਨੂੰ ਸ੍ਰੀ ਸਾਹਿਬਾਂ ਉਹ ਦਾਤ ਪ੍ਰਾਪਤ ਹੋਊਗੀ ਜਦੋਂ ਇੰਨੀ ਗੱਲ ਕਹੀ ਮੇਰੇ ਅੰਦਰ ਤਾਂ ਇਸ ਕੀ ਗੱਲ ਉਹ ਜਿਹੜੀ ਗੁਰੂ ਦੀ ਕਿਰਪਾ ਬਖਸ਼ ਜਦੋਂ ਹੋਣੀ ਹੁੰਦੀ ਹੈ ਮੈਂ ਫਿਰ ਹਾਂ ਕਰ ਕਹਿੰਦੇ ਨਾ ਪਾਈ ਉੱਪਰ ਦੀ ਅੰਦਰ ਦੀ ਪਾਲੀ ਤੂੰ ਇਹ ਮੇਰੇ ਮਾਸਟਰ ਜੀ ਦੀ ਗੱਲ ਹੈ ਉਹਨਾਂ ਦਾ ਪਵਿੱਤਰ ਨਾਮ ਹਰ ਭਜਨ ਸੁਣ ਸੀ ਮਾਸਟਰ ਜੁਗਿੰਦਰ ਸਿੰਘ ਬੜੁੰਦੀ ਦੇ ਸਕੇ ਭਤੀਜੇ ਸੇ ਉਹ ਵੱਡੇ ਜੇ ਅਸੀਂ ਬੜੇ ਇੰਨੀ ਗੱਲ ਹੋਈ ਹਾਂ ਹੋ ਗਈ ਫਿਰ ਉਹਨਾਂ ਨੇ ਦੂਜੀ ਕੰਡੀਸ਼ਨ ਲਾਤੀ ਉਹ ਕਹਿੰਦੇ ਤੈਨੂੰ ਇਕੱਲੇ ਨੂੰ ਨਹੀਂ ਸਿਖਾਉਣਾ ਤੇਰੇ ਘਰੋਂ ਵੀ ਲੜਕੀ ਨੂੰ ਸਿਖਾਉਣਾ ਕਿਉਂਕਿ ਉਦੋਂ ਉਹਨਾਂ ਸਮਿਆਂ ਵਿੱਚ ਭਾਈ ਕੋ ਦਾਦਾ-ਦਾਦੀ ਮਾਪੇ ਆਨੰਦ ਕਾਰਜ ਕਰਦੇ ਸ੍ਰੀ ਮੁਆਫਕਾ ਕਰਨਾ ਮੈਂ ਤਾਂ ਤੀਜੀ ਚ ਪੜਦਾ ਸੀ ਪੰਜਵੇਂ ਮੇਰੇ ਆਨੰਦ ਕਾਰਜ ਕਰਤੇ ਤੇ ਫਿਰ ਉਦੋਂ ਬਾਅਦ ਮਕਲਾਵਾ ਵਗੈਰਾ ਪੰਜ-ਸੱਤ ਸਾਲ ਬਾਅਦ ਦਿੱਤਾ ਜਿਸ ਤਰ੍ਹਾਂ ਇਹ ਹੁੰਦਾ ਹੈ ਚਲੋ ਗੁਰੂ ਦੀ ਕਿਰਪਾ ਨਾਲ ਜਦੋਂ ਇੰਨੀ ਗੱਲ ਕਹੀ ਮੈਂ ਨਾ ਜਾਣਾ ਉੱਥੇ ਨਾ ਕਹਿਣਾ ਕਹਿੰਦੇ ਤੂੰ ਨਾ ਜਾਈਂ ਤੇਰੀ ਮਾਸੀ ਜੀ ਚਲੀ ਜਾਓ ਜੇ ਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਮੇਰੇ ਅੰਦਰ ਕਿਹੜੀ ਉਹ ਗੱਲ ਉਹਨਾਂ ਨੇ ਕਿਹਾ ਵੀ ਉਹ ਦਾਤ ਮਿਲੂ ਤੁਰ ਦਰਗਾਹ ਤੋਂ ਕਿਹੜੀ ਆਈ ਹੈ ਸੱਚੇ ਪਾਤਸ਼ਾਹ ਬਖਸ਼ ਜੀ ਜਿਹਨੂੰ ਅੰਬਰਤ ਦਾਤ ਬਖਸ਼ਣ ਤੇ ਬਾਕੀ ਉਹ ਤਾਂ ਫਿਰ ਉਹ ਉਹਦੇ ਹੀ ਬਣ ਜਾਂਦਾ ਜਦੋਂ ਇੰਨੀ ਗੱਲ ਕਹੀ ਤੇ ਫਿਰ ਡੇਟ ਉਹਨਾਂ ਨੇ ਮੈਨੂੰ ਦੱਸਤੀ ਮੈਂ ਫਿਰ ਭਾਈ ਬੜੁੰਦੀ ਉਸ ਦਿਨ ਨੂੰ ਤਿਆਰ ਹੋ ਕੇ ਚੱਲਿਆ ਗਿਆ ਤੇ ਉਹ ਮੇਰੇ ਘਰੋਂ ਮੇਰੀ ਮਾਸੀ ਜੀ ਗਈ ਤੁੰਗੜੀ ਇੱਕ ਅੱਧ ਮਿਲਦਾ ਹੀ ਫਰਕ ਆ ਜਦੋਂ ਕਿਹਾ ਵੀ ਇਹ ਭਾਈ ਤੈਨੂੰ ਨਾਲੇ ਤਾਂ ਲੈ ਜਾਣਾ ਚਾਹੁੰਦੇ ਨੇ ਇਹ ਨਾਲੇ ਅੰਮ੍ਰਿਤ ਦੀ ਦਾਸ ਉਹ ਕਹਿੰਦੀ ਹੋਰ ਕੀ ਚਾਹੀਦਾ ਉਹ ਤਿਆਰ ਹੋ ਕੇ ਉਹ ਸੇਡੇਟ ਨੂੰ ਉਹ ਆ ਗਈ ਉੱਥੇ ਉਹ ਆ ਗਈ ਫਿਰ ਉਹਨਾਂ ਦੇ ਨੱਕ ਕੰਨਾਂ ਵਿੱਚ ਜੋ ਕੁਝ ਸੀ ਸੱਗੀਆਂ ਸੁਗੀਆਂ ਉਹਨਾਂ ਸਮਿਆਂ ਵਿੱਚ ਸਭ ਕੁਝ ਲਹਾਤਾ ਦਸਤਾਰ ਸਜਾਤੀ ਗੁਰੂ ਦੀ ਐਸੀ ਬਖਸ਼ਿਸ਼ ਹੋਈ ਫਿਰ ساری ਜ਼ਿੰਦਗੀ ਉਹਨਾਂ ਨੂੰ ਹੁਣ 10 ਸਾਲ ਹੋ ਗਏ ساری ਜ਼ਿੰਦਗੀ ਕੇਸ ਕੀ ਸਿਹਤ ਰਹਤ ਵਿਚ ਚੜ੍ਹਦੀ ਕਲਾ ਚ ਰਹੇ ਫਿਰ ਮੈਂ ਕਿਹੜੀ ਗੱਲ ਤੁਹਾਨੂੰ ਦੱਸਦਾ ਹਾਂ ਉਸ ਵੇਲੇ ਪੰਜਾਬ ਪਿਆਰਿਆਂ ਦੇ ਵਿੱਚ ਮਾਸਟਰ ਜੁਗਿੰਦਰ ਸਿੰਘ ਬੜੂੰਦੀ ਉਹ ਪ੍ਰਧਾਨ ਸਨ ਤੇ ਮਾਸਟਰ ਗੁਰਚੇਵ ਸਿੰਘ ਮੁੱਲਾਪੁਰ ਸੇ ਗਿਆਨੀ ਮੋਲਕ ਸਿੰਘ ਟੱਟ ਕਿਹੜੇ ਮਤਲਬ ਹੈ ਇੰਗਲੈਂਡ ਵਿੱਚ ਉਹ ਮਾਸਟਰ ਜੀ ਦੇ ਭਾਨ ਜੇ ਸੀ ਉਹ ਸੇ ਤੇ ਬਾਕੀ ਹੋਰ ਸਿੰਘ ਸੇ ਤੇ ਬਾਕੀ ਜਿਸ ਵੇਲੇ ਫਿਰ ਉੱਥੇ ਪਾਈ ਪੇਸ਼ ਹੋਈ ਮੈਂ ਜਾ ਕੇ ਕਿੰਨਾਂ ਨੇ ਵੀ ਦੁਬਾਰਾ ਕਿਉਂ ਬਚਪਨ ਅੰਮ੍ਰਿਤ ਛੱਕਿਆ ਸੀ ਉਦੋਂ ਪਹਿਰਾ ਨਹੀਂ ਦਿੱਤਾ ਗਿਆ ਬਹੁਤ ਗਲਤੀਆਂ ਭੁੱਲਾਂ ਹੋਈਆਂ ਤੇ ਜਿਸ ਵੇਲੇ ਇਹ ਚੀਜ਼ ਹੋਈ ਮੇਰਾ ਨੰਬਰ ਆਇਆ ਦੂਜਿਆਂ ਚ ਪਾਈ ਵੀ ਜਿਨ੍ਹਾਂ ਨੇ ਪਹਿਲਾਂ ਅੰਮ੍ਰਿਤਸਰ ਇੱਕ ਪਾਸੇ ਬੈਠ ਗਏ ਜਿੱਥੇ ਜਾ ਕੇ ਮੈਂ ਫਤਿਹ ਬਲਾਈ ਤੇ ਉਹਨਾਂ ਵਿੱਚੋਂ ਫਿਰ ਉਹਨਾਂ ਨੇ ਮੇਰੇ ਤੇ ਕੁਐਸਚਨ ਕੀਤਾ ਦੱਸ ਵੀ ਕਿਹੜੀ ਕਿਹੜੀ ਭੁੱਲ ਹੋਈ ਹੈ ਜਿਸ ਤਰ੍ਹਾਂ ਪਹਾੜ ਤੋਂ ਲਾਵਾ ਨਿਕਲਦਾ ਹੈ ਤੇ ਮੇਰੇ ਅੰਦਰ ਜੋ ਕੁਝ ਸੀ ਉਹ ਦਵਾ ਦਮ ਸੱਚੇ ਪਾਸ਼ਾ ਦੀ ਕਿਰਪਾ ਨਾਲ ਵੀ ਮੈਂ ਤਾਂ ਆ ਵੀ ਕੀਤਾ ਫਿਰ ਉਹਨਾਂ ਨੇ ਕਹਿੰਦੇ ਅੱਛਾ ਜੋ ਸੇਵਾ ਲਗੂ ਪ੍ਰਮਾਣ ਕਰੇਗਾ ਤੇ ਮੈਂ ਕਿਹਾ ਜੀ ਹਾਂ ਦੁਨੀਆ ਹੱਥਾਂ ਦਾ ਸਿਰੋ ਗੁਰੂ ਦੀ ਕਿਰਪਾ ਨਾਲ ਉਹਨੇ ਦੇ ਚੰਗਾ ਇੱਥੇ ਬੈਠ ਜਾ ਤੂੰ ਤੈਨੂੰ ਅੰਮ੍ਰਿਤਿ ਦਾਤ ਮਿਲੂ ਫਿਰ ਮੈਨੂੰ ਭਾਈ ਉਹਨਾਂ ਨੇ ਸੇਵਾ ਇੱਕ ਤਰ੍ਹਾਂ ਸਹਿਜ ਪਾਠ ਦੀ ਲਾਤੀ ਇੱਕ ਖਮਨੀ ਕਿੰਨੇ ਦਿਨ ਵੀ ਗੁਰੂ ਘਰਾਂ ਜਾ ਕੇ ਜੋੜਿਆਂ ਦੀ ਸੇਵਾ ਕਰਨੀ ਹੈ ਉਹ ਸੱਚੇ ਪਾਤਸ਼ਾਹ ਨੇ ਮਹੀਨੇ ਦੇ ਅੰਦਰ ਅੰਦਰ ਉਹ ਸੇਵਾ ਕਰਾਤੀ ਫਿਰ ਥੋਨੂੰ ਮੈਂ ਗੱਲੇ ਦੱਸਦਾ ਧਿਆਨ ਨਾਲ ਸਰਵਣ ਕਰੋ ਤੇ ਜਿਸ ਵੇਲੇ ਪੰਜਾਂ ਪਿਆਰਿਆਂ ਨੇ ਬਖਸ਼ਿਸ਼ ਕੀਤੀ ਅੰਮ੍ਰਿਤਿ ਦਾਤ ਦਿੱਤੀ ਤੇ ਮੇਰੇ ਮਨ ਅੰਦਰ ਤਾਂ ਉਸੇ ਵੇਲੇ ਫਿਰ ਇੱਕ ਗੱਲ ਬਣ ਗਈ ਬਾਣੀ ਚਾਉਂਦੇ ਨਾ ਜਿਨ ਸਰਦਾ ਰਾਮ ਨਾਮ ਲੱਗੀ ਤਿੰਨ ਦੂਜੇ ਚੇਤਨ ਨਾ ਆਇਆ ਰਾਮ ਜੇ ਧਰਤੀ ਸਭ ਕੰਚਨ ਕਰਦੀ ਜੇ ਬਿਨ ਹੋਵੇ ਆਪਣੇ ਪਾਇਆ ਫਿਰ ਮਨ ਚ ਇਹ ਗੱਲ ਆਗੀ ਵੀ ਤੇਰੇ ਤੇ ਬਖਸ਼ਿਸ਼ ਹੋ ਗਈ ਹੈ ਤੇ ਫਿਰ ਤਾਂ ਜਿਹੜੇ ਦੂਜੇ ਕੱਚੇ ਪਿਜਲੇ ਕਚੜਿਆਂ ਸਿਓ ਤੋਂ ਢੂੰਢ ਸੱਜਣ ਸੰਤ ਪੱਕਿਆਂ ਉਹੇ ਜੀਵਨ ਦੇ ਵਿਛੜਿਓ ਮੋਇਨ ਫਿਰ ਦੂਜੇ ਨਾਲ ਤਾਂ ਰਿਸ਼ਤਦਾਰੀ ਕਿਹੜੀ ਹੈਗੀ ਢਿੱਲੀ ਪੈ ਪੈਗੀ ਤੇ ਇਧਰ ਮਾਸਟਰ ਜੀ ਨਾਲ ਤੇ ਫੇਰ ਭਾਈ ਉੱਥੇ ਜਦੋਂ ਬਡੂੰਦੀ ਮਾਸੂ ਜੀ ਕੋਲੇ ਜਾਣਾ ਤੇ ਪਿੰਡ ਨਾਲੋਂ ਜ਼ਿਆਦਾ ਕਿਉਂ ਲੋਹਟ ਵੱਦੀ ਕਿਹੜਾ ਸਕੂਲ 'ਚ ਮੈਂ ਪੜਦਾ ਸੀ ਤਿੰਨ ਚਾਰ ਮੀਲ ਤਾਂ ਮੇਰੇ ਪਿੰਡੋਂ ਸੀ ਇੰਨਾ ਹੀ ਬਡੂੰਦੀ ਤੋਂ ਸੀ ਬਾਹਲਾ ਮੈਂ ਉੱਥੇ ਰਹਿਣਾ ਬਡੂੰਦੀ ਮਾਸਟਰ ਜੀ ਨੇ ਰੋਜ਼ ਰਾਤ ਨੂੰ ਉੱਥੇ ਕੀਰਤਨ ਹੋਣਾ ਸਿੰਘਾਂ ਨੇ ਈਰ ਦੇ ਉਹਨਾਂ ਦਾ ਪ੍ਰਭਾਵ ਸੀ ਕਈ ਪਰਿਵਾਰ ਗੁਰਸਿੱਖ ਸਜੇ ਸਿਬ ਬੂੰਦੀ ਜੇ ਤੁਸੀਂ ਬਲੀਏਤੀ ਜੋ ਉਹ ਹੀ ਉੱਥੇ ਫਿਰ ਭਾਈ ਸਤਕਾਰ ਹੋ ਕੇ ਸਤਖੰਡ ਵਾਸੀ ਭਾਈ ਸਾਹਿਬ ਭਾਈਨ ਤਿਰਸ ਉਹਨਾਂ ਦੀਆਂ ਪੁਸਤਕਾਂ ਜੀਲ ਚਿੱਠੀਆਂ ਕਈ ਪੜਨ ਦਾ ਮੌਕਾ ਮਿਲਿਆ ਫਿਰ ਖੇਚ ਪੈਦਾ ਹੋ ਗਈ ਵੀ ਉਹਨਾਂ ਦੇ ਦਰਸ਼ਨ ਕਰੀਏ ਪਰ ਗੱਲ ਇਹ ਬਣੀ ਕਹਿੰਦੇ ਜੀ ਉਹ ਤਾਂ ਕੁਮਾਰ ਹਟੇ ਰਹਿੰਦੇ ਨੇ ਗਰਮੀਆਂ ਚ ਤੇ ਬਾਕੀ ਜਦੋਂ ਫਿਰ ਸੂਦੀ ਸੰਗਰਾਉਂ ਦੀ ਆਉਂਦੀ ਹੈ ਉਦੋਂ ਉੱਥੇ ਇਕੱਠ ਬਣਾਉਂਦੇ ਨੇ ਇਹ 1947 ਦੀ ਗੱਲ ਕਰਦਾ ਮੈਂ ਤੁਹਾਨੂੰ ਅਸੀਂ ਅੰਮਤਪਾਨ ਕਰਿਆ ਮਈ 1947 ਵਿੱਚ ਦੁਨਾਂ ਨੇ ਫਿਰ ਜੇਸ ਬੜੀ ਚੀਜ਼ ਹੋਈ ਮਾਸਟਰ ਜੀ ਨੇ ਦੱਸਿਆ ਕਿ ਜੁਗਿੰਦਰ ਸੁਣੇ ਕਹਿੰਦੇ ਕਮਾਰ ਹੜੀ ਤੋਂ ਭਾਈ ਸੋਹਣੀ ਆ ਗਏ ਆ ਗਏ ਤੇ ਉਹਨੇ ਖਿੱਚ ਹੋਈ ਮਾਸ ਮੇਰੇ ਮਾਸਟਰ ਜੀ ਦਾ ਭਰਾ ਬੜਾ ਰੰਗਾ ਵਿੱਚ ਰਹਿੰਦਾ ਸੀ ਦਿਆਸੋਂ ਛੋਟਾ ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੇ ਦਰਸ਼ਨ ਕਰਨੇ ਆਪਾਂ ਤੇਜੀ ਨਾਲ ਚੱਲੀਏ ਤੇ ਉਹੋ ਮੇਰੇ ਨਾਲ ਤਿਆਰ ਹੋ ਗਏ ਕਹਿੰਦੇ ਕੋਈ ਨਾ ਵੀ ਆਪਾਂ ਅੱਜ ਹੀ ਚੱਲਦੇ ਆਂ ਫਿਰ ਭਾਈ ਇਹ 1947 ਦੀ ਤੁਹਾਨੂੰ ਮੈਂ ਗੱਲ ਦੱਸਦਾ ਤੇ ਉਹਨਾਂ ਨੇ ਆ ਕੇ ਡਾਕਟਰ ਬਿਸੰਤ ਸਿੰਘ ਦੀ ਜਿਹੜੇ ਉਹਨਾਂ ਕੋਲੇ ਚੜ੍ਹਾਈ ਕਰ ਗਏ ਸੀ ਉਹਨਾਂ ਦੀ ਯਾਦ ਚ ਅਖੰਡ ਪਾਠ ਆਰੰਭ ਕਰਿਆ ਤੇ ਦੇਖੋ ਤੁਸੀਂ ਹੈਰਾਨੀ ਦੀ ਗੱਲ ਹੈ ਕਿਹੜੀ ਮੈਂ ਤੁਹਾਨੂੰ ਹੁਣ ਦੱਸਣ ਲੱਗਿਆ ਅਸੀਂ ਉਥੋਂ ਬੁਡੁੰਦੀ ਤੋਂ ਬੜੀ ਰੇਸ ਲਾ ਕੇ ਭੱਜ ਕੇ ਗਏ ਜਿਸ ਵੇਲੇ ਭਾਈ ਸੌਨੇ ਦੇ ਘਰੇ ਡਿਊਟੀ 'ਚ ਬੜਨ ਲੱਗੇ ਤੇ ਉਹ ਸਤਕਾਰ ਹੈ ਉਹ ਕਿ ਭਾਈ ਸਾਹਮਣੀ ਉੱਪਰ ਅਖੰਡ ਪਾਠ ਆਰੰਭ ਹੋ ਹੈਗੇ ਸੀ ਪੌੜੀਆਂ ਉੱਤੇ ਰਹੇ ਸੀ ਮੈਨੂੰ ਉਹਨਾਂ ਨੇ ਥੋੜਾ ਜਿਹਾ ਇਸ਼ਾਰਾ ਕਰਿਆ ਵੀ ਇਹੇ ਨੇ ਖਤੇ ਬੁਲਾਈ ਜਦੋਂ ਫਤਿਹ ਬੁਲਾਈ ਉਹਨਾਂ ਨੂੰ ਉਹ ਕਹਿੰਦੇ ਸਿੰਘੋ ਬੜੀ ਰੇਸ ਲਾਈ ਐ ਮੈਂ ਹੈਰਾਨ ਹੋ ਗਿਆ ਵੀ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਤੇ ਫੇਰ ਭਾਈ ਉਹ ਤਾਂ ਡਿਊਟੀ 'ਚ ਹੀ ਠਾਹ